ਨਮਸਕਾਰ ਪਿਆਰੇ ਬੱਚਿਓ ਬੇਟਾ ਅਸੀਂ ਵਰਗ ਆਇਤ ਚੱਕਰ ਤੇ ਤਿਕੋਣ ਦੀਆਂ ਸਮਮਿਤੀ ਰੇਖਾਵਾਂ ਕੱਢਣੀਆਂ ਸਿੱਖ ਚੁੱਕੇ ਹਾਂ ਅੱਜ ਅਸੀਂ ਦੇਖਾਂਗੇ ਕਿ ਕੋਈ ਆਗ੍ਰਤੀ ਕੋਈ ਸ਼ੇਪ ਕੋਈ ਸ਼ਕਲ ਜਿਹੜੀ ਹੈ ਉਹ ਕਿਸ ਤਰ੍ਹਾਂ ਸਮਮਿਤ ਹੋ ਸਕਦੀ ਹੈ ਜਾਂ ਫਿਰ ਨਹੀਂ ਹੋ ਸਕਦੀ ਇਹਦੇ ਲਈ ਅਸੀਂ 5ਵੀਂ ਕਲਾਸ ਦੇ ਮੈਥ ਦਾ ਜਿਹੜਾ ਅਭਿਆਸ ਹੈ 7.3 ਉਹਨੂੰ ਅੱਜ ਸੋਲਵ ਕਰਨ ਜਾ ਰਹੇ ਹਾਂ ਬੇਟਾ ਜੀ ਇਹ ਹੈ ਅਭਿਆਸ 7.3 ਪੇਜ ਨੰਬਰ ਹੈ ਦਾ 175 ਆ ਆਪਾਂ ਇਹਨੂੰ ਸੋਲਵ ਕਰੀਏ ਪ੍ਰਸ਼ਨ ਕੀ ਹੈ ਹੈਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਸੰਮਿਤ ਆਕ੍ਰਿਤੀਆਂ ਤੇ ਚੱਕਰ ਲਗਾਓ ਸਾਡੇ ਕੋਲ ਅਲੱਗ-ਅਲੱਗ ਆਕ੍ਰਿਤੀਆਂ ਹੈਗੀਆਂ ਨੇ ਆਪਾਂ ਦੇਖਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਸੰਮਿਤ ਨੇ ਔਰ ਕਿਹੜੀਆਂ ਸੰਮਿਤ ਨਹੀਂ ਹੈ ਆਓ ਅਸੀਂ ਇਹਨੂੰ ਹੱਲ ਕਰਦੇ ਹਾਂ ਬੇਟਾ ਜੀ ਜਿਹੜੀ ਪਹਿਲੀ ਸ਼ਕਲ ਹੈ ਤੁਹਾਡੇ ਸਾਹਮਣੇ ਸ਼ੋਅ ਹੋ ਰਹੀ ਹੈ ਇਹ ਹੈ ਇੱਕ ਮੱਗ ਹੁਣ ਬੇਟਾ ਆਪਾਂ ਦੇਖਣਾ ਹੈ ਕਿ ਇਹ ਸੰਮਿਤ ਹੈ ਕਿ ਨਹੀਂ ਇੱਥੇ ਬੇਟਾ ਅਸੀਂ ਆਪਣੀ ਜਿਹੜੀ ਇਮੇਜਿਨੇਸ਼ਨ ਹੈ ਜਿਹੜੀ ਸੋਚ ਸ਼ਕਤੀ ਹੈ ਨਾ ਉਹਨੂੰ ਅਸੀਂ ਯੂਜ਼ ਕਰਨਾ ਹੈ ਜ਼ਰੂਰੀ ਨਹੀਂ ਕਿ ਅਸੀਂ ਹਰ ਵਾਰੀ ਡਰਾ ਕਰਕੇ ਦੇਖੀਏ ਆਪਾਂ ਡਰਾ ਕਰ ਲਾਂਗੇ ਇੱਕ ਵਾਰੀ ਬਟ ਤੁਸੀਂ ਇਹ ਸੋਚਣਾ ਹੈ ਹੁਣ ਤੁਸੀਂ ਵੱਡੇ ਹੁੰਨੇ ਪਏ ਆ ਹੌਲੀ ਹੌਲੀ ਆਪਣੀ ਜਿਹੜੀ ਕਲਪਨਾ ਸ਼ਕਤੀ ਹੈ ਉਹ ਵਧਾਣੀ ਹੈ ਔਰ ਦੇਖਣਾ ਹੈ ਕਿ ਅਸੀਂ ਕਿਸ ਤਰ੍ਹਾਂ ਇੱਕ ਲਾਈਨ ਡਰਾ ਕਰੀਏ ਖਰੇਖਾ ਡਰਾ ਕਰੀਏ ਕਿ ਇਹ ਜਿਹੜਾ ਮੱਗ ਹੈ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਜਾਏ ਜੇ ਬੇਟਾ ਅਸੀਂ ਇਸ ਤਰ੍ਹਾਂ ਡਰਾ ਕਰਦੇ ਹਾਂ ਉੱਪਰੋਂ نیچے ਜਿਹੜੇ ਆ ਦੋ ਅੱਧ ਆਏ ਕੀ ਇਹ ਬਰਾਬਰ ਨੇ ਨਹੀਂ ਯਾਨੀ ਕਿ ਇਹ ਦੀ ਸਮਮਿਤੀ ਰੇਖਾ ਨਹੀਂ ਹੈ ਇਸ ਤਰ੍ਹਾਂ ਇਹਨੂੰ ਨਹੀਂ ਵੰਡ ਰਿਆ ਹੁਣ ਆਪਾਂ ਦੇਖਦੇ ਆ ਡਰਾ ਕਰਕੇ ਇਸ ਡਾਇਰੈਕਸ਼ਨ ਦੇ ਵਿੱਚ ਇਹਨੂੰ ਅਸੀਂ ਬੋਲਦੇ ਆ ਹਾਰੀਜ਼ੋਂਟਲ ਡਾਇਰੈਕਸ਼ਨ ਜਾਂ ਫਿਰ ਲੇਟਵੀ ਰੇਖਾ ਅਸੀਂ ਜਿਹੜੀ ਹੈ ਬਣਾਈ ਹੈ ਹੋਨ ਦੇਖੋ ਜਿਹੜੇ ਇਹ ਦੋ ਹਾਫ ਨੇ ਇਹ ਦੋਨੋਂ ਜਿਹੜੇ ਨੇ ਬਰਾਬਰ ਨੇ ਅਸੀਂ ਇਸ ਲਾਈਨ ਨੂੰ ਥੋੜਾ ਪ੍ਰੋਪਰਲੀ ਡਰਾ ਕਰ ਲੈਨੇ ਆ ਸਟ੍ਰੇਟ ਲਾਈਨ ਠੀਕ ਹੈ ਜੀ ਦੋਨੋਂ ਹਾਫ ਜਿਹੜੇ ਨੇ ਇਹ ਬਰਾਬਰ ਹੋ ਗਏ ਯਾਨੀ ਜਿਹੜੀ ਅਸੀਂ ਇਹ ਰੇਖਾ ਡਰਾ ਕੀਤੀ ਹੈ ਲਾਈਨ ਡਰਾ ਕੀਤੀ ਹੈ ਸਮਮਿਤ ਰੇਖਾ ਹੈ ਇਹਦਾ ਮਤਲਬ ਹੈ ਜਿਹੜੀ ਇਹ ਆਕ੍ਰਿਤੀ ਹੈ ਇਹ ਸਮਮਿਤ ਆਕ੍ਰਿਤੀ ਹੈ ਕਿਉਂਕਿ ਅਸੀਂ ਇਹਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡ ਸਕਦੇ ਆ ਔਰ ਅਸੀਂ ਇਹਦੇ ਉੱਪਰ टिक ਲਗਾ ਦਾਂਗੇ ਕਿ ਹਾਂਜੀ ਇਹ ਆਕ੍ਰਿਤੀ ਸੰਮਿਤ ਆਕ੍ਰਿਤੀ ਹੈ ਬੇਟਾ ਜੀ ਅਡੇ ਕੋਲ ਅੱਗੇ ਜਿਹੜੀ ਪਿਕਚਰ ਹੈ ਉਹ ਹੈ ਇੱਕ ਪੱਖੇ ਦੀ ਪੱਖਾ ਅਸੀਂ ਕਿਸ ਤਰ੍ਹਾਂ ਇਹਨੂੰ ਵੰਡੀਏ ਕਿ ਦੋ ਬਰਾਬਰ ਭਾਗ ਆ ਜਾਣ ਬੇਟਾ ਜੀ ਮੈਂ ਇੱਕ ਵਰਟੀਕਲ ਲਾਈਨ ਇੱਕ ਖੜਵੀ ਰੇਖਾ ਆ ਦੇਖੋ ਖੜੀ ਰੇਖਾ ਹੈ ਨਾ ਇਹ ਅਸੀਂ ਇਹ ਡਰਾ ਕਰ ਦਿੰਨੇ ਆ ਇਹ ਦੋਨੋਂ ਹਾਫ ਜਿਹੜੇ ਨੇ ਬਿਲਕੁਲ ਸੇਮ ਨੇ ਇੱਕ ਦੂਜੇ ਦੇ ਮਿਰਰ ਇਮੇਜ ਦਰਪਣ ਸ਼ਕਲ ਹੈਗੇ ਨੇ ਯਾਨੀ ਕਿ ਜਿਹੜਾ ਪੱਖਾ ਹੈ ਇਹ ਵੀ ਇੱਕ ਸਮਮਿਤ ਆਕ੍ਰਿਤੀ ਹੈ ਕਿਉਂਕਿ ਇਸ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਟੂ ਇਕੁਅਲ ਪਾਰਟਸ ਚ ਵੰਡ ਸਕਦੇ ਹਾਂ ਬੇਟਾ ਜੀ ਨੈਕਸਟ ਆਕ੍ਰਿਤੀ ਹੈ ਉਹ ਹੈ ਇੱਕ ਦਰਖਤ ਦੀ ਆਪਾਂ ਇਹਨੂੰ ਜਿਹੜਾ ਹੈ ਇੱਕ ਵਰਟੀਕਲ ਲਾਈਨ ਇੱਕ ਖੜਵੀ ਰੇਖਾ ਦੇ ਨਾਲ ਦੋ ਭਾਗਾਂ ਚ ਵੰਡਦੇ ਆ ਆਓ ਦੇਖੀਏ ਦੋਨੋਂ ਭਾਗ ਸੇਮ ਹੈਗੇ ਨੇ ਬੱਚਿਓ ਦੇਖਣ ਨੂੰ ਲੱਗ ਰਿਹਾ ਕਿ ਦੋਨੋਂ ਭਾਗ ਸੇਮ ਨੇ ਪਰ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਜੋ ਆਕ੍ਰਿਤੀ ਇੱਥੇ ਹੈ ਕੀ ਇਹਹੀ ਚੀਜ਼ ਇੱਧਰ ਆ ਰਹੀ ਹੈ ਨਹੀਂ ਆ ਰਹੀ ਨਾ A ਔਰ A ਜੋ ਨੇ ਵੱਖਰੇ ਵੱਖਰੇ ਨੇ ਇਹਦਾ ਮਤਲਬ ਹੈ ਕਿ ਜਿਹੜਾ ਇਹ ਦਰਖਤ ਦੀ ਆਕ੍ਰਿਤੀ ਹੈ ਇਹ ਇੱਕ ਸਮਮਿਤ ਆਕ੍ਰਿਤੀ ਨਹੀਂ ਹੈ ਅਸੀਂ ਇਹਦੇ ਉੱਪਰ ਕਰਾਸ ਦਾ ਨਿਸ਼ਾਨ ਲਗਾ ਦਾਂਗੇ ਇਸ ਤਰੀਕੇ ਦੇ ਨਾਲ ਮੇਟਾ ਅੱਗੇ ਹੈ ਇੱਕ ਹਵਾਈ ਜਹਾਜ਼ ਜਾਂ ਫਿਰ 에ਰੋਪਲੇਨ ਆਓ ਅਸੀਂ ਦੇਖੀਏ ਕਿ ਕੀ ਇਹ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਅਸੀਂ ਡਰਾ ਕਰਾਂਗੇ ਇੱਕ ਵਰਟੀਕਲ ਲਾਈਨ ਜਿਹੜੀ ਕੀ ਇਸ 에ਰੋਪਲੇਨ ਨੂੰ ਦੋ ਇਕੁਅਲ ਪਾਰਟਸ ਚ ਵੰਡਦੀ ਪਈ ਹੈ ਬਿਲਕੁਲ ਸੇਮ ਨੇ ਦੋਨੋਂ ਪਾਰਟਸ ਤੁਸੀਂ ਚੈੱਕ ਕਰ ਲਓ ਜਿੰਨਾ ਇੱਧਰ ਹੈ ਓਨਾ ਹੀ ਜਿਹੜਾ ਹੈ ਜਿੰਨਾ ਰਾਈਟ ਵਾਲਾ ਹੈ ਓਨਾ ਹੀ ਲੈਫਟ ਵਾਲਾ ਹੈ ਟੂ ਇਕੁਅਲ ਹਾਫ ਹੋ ਗਏ दो बराबर भाग हो गए यदा मतलब है ये एक संमित आकृति है ये एक समिट्रीकल इमेज हैगी है, है। प्रश्न नंबर दो है बचियो हेठा दिते चित्रांच संति रेखा बनाओ असी हूँ इन्ह चित्रा देमित रेखा यानी कि समिटेड लाइन ड्रॉ करनी है कि दो इक्वल पार्ट्स चो वंडे जान आओ आप कर दे ਬੇਟਾ ਪਹਿਲਾ ਜਿਹੜਾ ਹੈ ਉਹ ਲੈਟਰ ਹੈ A ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਵੇਗਾ ਕਿ ਜੇ ਅਸੀਂ ਇਹਦੇ ਵਿੱਚ ਵਰਟੀਕਲ ਲਾਈਨ ਬਣਾਵਾਂਗੇ ਤਾਂ ਦੋ ਇਕੁਅਲ ਪਾਰਟਸ 'ਚ ਇਹ ਵੰਡਿਆ ਜਾਂਦਾ ਹੈ ਜਿਸ স্ਕੇਲ স্ਕੇਲ ਦੇ ਨਾਲ ਲਾਈਨ ਡਰਾ ਕਰਨੀ ਹੈ ਠੀਕ ਹੈ ਇਹ ਹੋ ਗਈ ਇਹਦੀ ਸਮਮੇਤੀ ਰੇਖਾ ਤੁਹਾਡੇ ਕੋਲ ਬੇਟਾ ਅੱਗੇ ਜਿਹੜਾ ਹੈ ਲੈਟਰ ਉਹ ਹੈ ਲੈਟਰ L ਬੱਚਿਓ ਲੈਟਰ L ਜਿਹੜਾ ਹੈ ਉਹ ਸਮਮੇਟ੍ਰਿਕਲ ਨਹੀਂ ਹੈ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਇਹਨੂੰ ਇਸ ਤਰ੍ਹਾਂ ਜਾਂ ਫਿਰ ਇਸ ਤਰ੍ਹਾਂ ਦੇ ਨਾਲ ਜਾਂ ਲੇਟ ਵੀ ਲਿਖਾ ਚਾਹੇ ਪਰ ਇਹ ਤੇਢੀ ਲਿਖਾ ਕਰ ਲਈਏ ਅਸੀਂ ਇਹਨੂੰ ਐਲ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਨਹੀਂ ਵੰਡ ਸਕਦੇ ਐਲ ਜਿਹੜਾ ਹੈ ਉਹ ਸਿਮੈਟ੍ਰੀਕਲ ਇਮੇਜ ਨਹੀਂ ਹੈ ਇੱਥੇ ਅਸੀਂ ਕਰਾਸ ਲਗਾ ਦਾਂਗੇ ਸਾਡੇ ਕੋਲ ਅੱਗੇ ਜਿਹੜਾ ਇਮੇਜ ਹੈ ਉਹ ਹੈ ਬੇਟਾ ਲੈਟਰ ਵੀ ਹੈ ਵੀ ਵੀ ਜਿਹੜਾ ਹੈ ਉਹ ਵਰਟੀਕਲ ਲਾਈਨ ਦੇ ਨਾਲ ਟੂ ਇਕੁਅਲ ਪਾਰਟਸ ਵਿੱਚ ਵੰਡਿਆ ਗਿਆ ਨੈਕਸਟ ਸਾਡੇ ਕੋਲ ਕੀ ਹੈ ਬੱਚਿਓ ਕੇ ਹੈ ਕੇ ਦੇ ਉੱਪਰ ਅਸੀਂ ਵਰਟੀਕਲ ਲਾਈਨ ਨਹੀਂ ਲਗਾਵਾਂਗੇ ਹੁਣ ਸਾਡੇ ਕੋਲ ਇੱਥੇ ਲਾਈਨ ਲੱਗੇਗੀ ਉਹ ਲੱਗੇਗੀ ਇੱਕ ਲੇਟਵੀਂ ਰੇਖਾ ਜਾਂ ਫਿਰ ਇੱਕ ਹਾਰੀਜ਼ੋਂਟਲ ਲਾਈਨ ਬੇਟਾ ਇਹ ਹੈ ਇੱਕ ਹਰੀਜ਼ੋਂਟਲ ਲਾਈਨ ਇਹਦੇ ਨਾਲ ਇਹ ਦੋ ਇਕੁਅਲ ਪਾਰਟਸ ਜਿਹੜੇ ਕਿ ਆਪਸ ਵਿੱਚ ਮਿਰਰ ਇਮੇਜ ਹੈਗੇ ਉਹ ਚ ਵੰਡਿਆ ਗਿਆ ਇਸ ਤਰ੍ਹਾਂ ਅਸੀਂ ਕੇ ਨੂੰ ਟੂ ਇਕੁਅਲ ਹਾਫਸ ਚ ਵੰਡਤਾ ਹੈ ਪਰ ਨੈਕਸਟ ਜਿਹੜੀ ਹੈ ਸ਼ੇਪ ਇੱਕ ਹਾਰਟ ਸ਼ੇਪ ਹੈ ਇਹ ਵੀ ਜਿਹੜੀ ਹੈ ਇੱਕ ਵਰਟੀਕਲ ਲਾਈਨ ਦੇ ਨਾਲ ਦੋ ਇਕੁਅਲ ਪਾਰਟਸ ਦੇ ਵਿੱਚ ਵੰਡੀ ਗਈ ਹੈ ਪ੍ਰਸ਼ਨ ਨੰਬਰ ਤੀਸਰਾ ਹੈ ਬੱਚਿਓ ਹੇਠਾਂ ਦਿੱਤੀਆਂ ਆਕ੍ਰਿਤੀਆਂ ਦੀ ਸਮਮਿਤੀ ਰੇਖਾ ਖਿੱਚੋ ਤਾਨੂੰ ਖਿਚਣੀ ਆਂਦੀ ਹੀ ਹੈ ਚਲੋ ਆਪਾਂ ਇੱਕ ਵਾਰੀ ਕਰ ਲੈਨੇ ਆ ਕੋੜੇ ਫਰਸਟ ਪਿਕਚਰ ਹੈ ਬੇਟਾ ਉਹ ਹੈ ਇੱਕ ਬਲਬ ਦੀ ਬਲਬ ਜਿਹੜਾ ਹੈ ਉਹ ਵਰਟੀਕਲ ਲਾਈਨ ਦੇ ਨਾਲ ਟੂ ਇਕੁਅਲ ਹਾਫਸ ਵਿੱਚ ਵੰਡਿਆ ਗਿਆ ਵੰਡਿਆ ਗਿਆ ਜੀ ਨੈਕਸਟ ਵੀ ਹੈ ਇੱਕ ਬੜਾ ਕੀ ਹੈ ਇੱਕ ਟੀਵੀ ਦਾ ਸੈੱਟ ਹੈ ਹੁਣ ਦੇਖੋ ਜੇ ਅਸੀਂ ਇਹਨੂੰ ਇਦਾਂ ਕਰੀਏ ਨਾ ਹਾਰੀਜ਼ੋਂਟਲ ਕਰੀਏ ਤਾਂ ਇਹ ਬਰਾਬਰ ਨਹੀਂ ਵੰਡਿਆ ਜਾਂਦਾ ਜਿਹੜਾ ਇਹਦਾ ਸਟੈਂਡ ਹੈ ਇਹ ਸਟੈਂਡ ਉੱਪਰ ਨਹੀਂ ਆ ਰਿਹਾ that means ਵੈਸੇ ਤਾਂ ਇਹ ਆਇਤ ਹੈ ਪਰ ਸਟੈਂਡ ਦੇ ਕਰਕੇ ਇਹ ਟੂ ਇਕੁਅਲ ਹਾਫਸ ਨਹੀਂ ਵੰਡਿਆ ਜਾ ਰਿਹਾ ਅਸੀਂ ਇਹਨੂੰ ਜੇ ਵਰਟੀਕਲੀ ਕਰਾਂਗੇ ਇਸ ਤਰੀਕੇ ਦੇ ਨਾਲ ਤਾਂ ਦੋਨੋਂ ਜਿਹੜੇ ਨੇ ਪਾਰਟਸ ਉਹ ਕੀ ਹੋ ਗਏ ਨੇ ਉਹ ਸਿਮੇਟ੍ਰੀਕਲ ਹੋ ਗਏ ਨੇ ਇਹ ਇਹਦੀ ਸੰਮਤੀ ਰੇਖਾ ਹੈ ਨੈਕਸਟ ਸਰਕਲ ਹੈਗੀ ਹੈ ਇੱਕ ਕਾਈਟ ਹੈ ਇੱਕ ਪਤੰਗ ਹੈ ਇਹਨੂੰ ਅਸੀਂ ਵਰਟੀਕਲ ਲਾਈਨ ਦੇ ਨਾਲ ਟੂ ਇਕੁਅਲ ਹਾਫਸ ਜੋ ਵੰਡ ਸਕਦੇ ਹਾਂ ਹਾਂਜੀ ਇਹ ਵੀ ਡਰਾ ਹੋ ਗਈ ਪੁਆਇੰਟ ਨੰਬਰ 4 ਕੋ ਕੀ ਹੈ ਬੇਟਾ ਇੱਕ ਗੇਟ ਹੈ ਗੇਟ ਨੂੰ ਅਸੀਂ ਵੰਡ ਸਕਦੇ ਆ ਇੱਕ ਵਰਟੀਕਲ ਲਾਈਨ ਦੇ ਨਾਲ ਟੂ ਇਕੁਅਲ ਹਾਫਸ ਦੇ ਵਿੱਚ ਜਿਹੜੇ ਕੀ ਆਪਸ ਚ ਕੀ ਨੇ ਮਿਰਰ ਇਮੇਜ ਨੇ ਨੈਕਸਟ ਯੂ ਹੈਵ ਅ ਟੇਬਲ ਆਓ ਦੇਖੀਏ ਅਸੀਂ ਟੇਬਲ ਨੂੰ ਕਿਸ ਤਰ੍ਹਾਂ ਵੰਡਾਂਗੇ ਟੂ ਇਕੁਅਲ ਹਾਫਸ ਦੇ ਵਿੱਚ ਦੇਖੋ ਬੇਟਾ ਜਿਹੜਾ ਟੇਬਲ ਹੈ ਟੇਬਲ ਜੋ ਹੈ ਇਹ ਇੱਕ 3 ਡਾਈਮੈਨਸ਼ਨਲ ਜਿਹੜੀ ਹੈ ਉਹ ਆਕ੍ਰਿਤੀ ਹੈ ਅਸੀਂ ਅਗਲੇ ਵੀਡੀਓਜ਼ 'ਚ ਪੜਾਂਗੇ ਕਿ 3 ਡਾਈਮੈਨਸ਼ਨਲ ਚੀਜ਼ਾਂ ਕੀ ਹੁੰਦੀਆਂ ਨੇ 2 ਡਾਈਮੈਨਸ਼ਨਲ ਚੀਜ਼ਾਂ ਕੀ ਹੁੰਦੀਆਂ ਨੇ ਬੇਟਾ ਜੀ ਵੈਸੇ ਤਾਂ ਅਸੀਂ ਇਹਨੂੰ ਵੰਡ ਸਕਦੇ ਆ ਜੇ ਅਸੀਂ ਦੇਖੋ ਇੱਥੇ ਲਾਈਨ ਲਗਾਈਏ ਨਾ ਹਾਰੀਜ਼ੋਂਟਲ ਜੇ ਕੋਲ ਟੇਬਲ ਹੋਵੇ ਸੱਚਮੁੱਚ ਦਾ ਤਾਂ ਆਪਾਂ ਜੇ ਇੱਕ ਇਦਾਂ ਲਾਈਨ ਲਗਾ ਦਈਏ ਹਾਰੀਜ਼ੋਂਟਲ ਤਾਂ ਵੀ ਇਹ ਦੋ ਇਕੁਅਲ ਹਾਫਸ 'ਚ ਵੰਡੇ ਜਾਂਦਾ ਹੈ ਜੇ ਅਸੀਂ ਇਹਨੂੰ ਇਦਾਂ ਵੰਡ ਦਈਏ ਤਾਂ ਵੀ ਇਹ ਦੋ ਇਕੁਅਲ ਹਾਫਸ 'ਚ ਵੰਡੇ ਜਾਂਦਾ ਹੈ ਬਟ ਜੇ ਅਸੀਂ ਗੱਲ ਕਰੀਏ ਇਸ ਆਕ੍ਰਿਤੀ ਦੀ ਸੀ ਪਿਕਚਰ ਦੀ ਗੱਲ ਕਰੀਏ ਤਾਂ ਪਿਕਚਰ ਜਿਹੜੀ ਹੈ ਜੇ ਅਸੀਂ ਇਹਨੂੰ ਇਸ ਤਰ੍ਹਾਂ ਵੰਡਦੇ ਹਾਂ ਤਾਂ ਜਿਹੜੇ ਦੋ ਹਿੱਸੇ ਆਉਂਦੇ ਨੇ ਇਹ ਤਾਂ ਦੋਨੋਂ ਚਲੋ ਮੰਨ ਲਿਆ ਬਈ ਇਕੁਅਲ ਜੇ ਹੈਗੇ ਨੇ ਬਟ ਜਿਹੜਾ ਪਿਛਲੀ ਜਿਹੜੀਆਂ ਇਹਦੇ ਲੈਗਸ ਨੇ ਟੇਬਲ ਦੀਆਂ ਬਰਾਬਰ ਨਹੀਂ ਸ਼ੋ ਹੋ ਰਹੀਆਂ ਆਕ੍ਰਿਤੀ ਦੇ ਮੁਤਾਬਕ ਜਿਹੜਾ ਇਹ ਟੇਬਲ ਹੈ ਇਹ ਇੱਕ ਸਮਮਿਤੀ ਆਕ੍ਰਿਤੀ ਨਹੀਂ ਹੋਏਗਾ ਠੀਕ ਹੈ ਜੀ ਜੋ ਆਬਜੈਕਟ ਹੈ ਜੋ ਚੀਜ਼ ਹੈ ਜੇ ਟੇਬਲ ਆਪਾਂ ਦੇਖੀਏ ਕਿ ਟੇਬਲ ਪ੍ਰੋਪਰ ਦੇਖੀਏ ਤਾਂ ਉਹ ਸਮਮਿਤ ਆਕ੍ਰਿਤੀ ਸਮਮਿਤ ਜਿਹੜੀ ਹੈ ਉਹ ਵਸਤੂ ਹੋਏਗੀ ਬਟ ਆਕ੍ਰਿਤੀ ਜਿਹੜੀ ਹੈ ਉਹ ਇਹਦੀ ਸਮਮਿਤ ਨਹੀਂ ਹੈ ਮੇਰਾ ਕੋ ਲਾਸਟ ਜਿਹੜਾ ਹੈ ਉਹ ਹੈ ਇੱਕ ਚੱਕਰ ਤੁਹਾਨੂੰ ਪਤਾ ਹੀ ਹੈ ਚੱਕਰ ਦੀਆਂ ਤਾਂ ਅਣਗਿਣਤ ਰੇਖਾਵਾਂ ਹੁੰਦੀਆਂ ਨੇ ਹੁਣ ਇੱਥੇ ਅਸੀਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਲਾਈਨਸ ਲਗਾ ਲਈਏ ਜਿਹੜਾ ਇਹ ਚੱਕਰ ਹੈ ਇਹ ਟੂ ਇਕੁਅਲ ਹਾਫਸ ਦੇ ਵਿੱਚ ਇਹਨੂੰ ਅਸੀਂ ਵੰਡ ਸਕਦੇ ਹਾਂ